ਗੁਰੂ ਰੂਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਬੀਬੀ ਸੰਤ ਜੀ ਨੂੰ ਕਿਸੇ ਨੇ ਕੋਈ ਚੁਭਵੀ ਗੱਲ ਕਹੀ ਜੋ ਉਸ ਤੋਂ ਸਹਿਨ ਨਹੀਂ ਹੋਈ ਉਸ ਤੋਂ ਬਚਾਉਣ ਲਈ ਭਾਈ ਸਾਹਿਬ ਨੇ ਉਸ ਨੂੰ ਕੀ ਉਪਦੇਸ਼ ਦਿੱਤਾ ਆਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਬੀਬੀ ਸੰਤ ਜੀ ਡੇਹਰਾਦੂਨ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਗਏ ਕਿਸੇ ਸਾਥੀ ਨੇ ਬੀਬੀ ਜੀ ਨੂੰ ਕੋਈ ਗੱਲ ਕਹੀ ਜੂਸ ਦੇ ਅੰਦਰ ਪੁੱਜ ਗਈ ਭਾਈ ਸਾਹਿਬ ਨੇ ਉਸ ਨੂੰ ਉਦਾਸ ਦੇਖਿਆ ਤੇ ਪੁੱਛਿਆ ਕਿ ਕੀ ਗੱਲ ਹੈ ਉਹ ਰੋ ਪਈ ਸ਼ਾਮ ਨੂੰ ਭਾਈ ਸਾਹਿਬ ਬੀਬੀ ਨੂੰ ਸੈਰ ਲਈ ਲੈ ਗਏ ਇੱਕ ਪੁੱਲੀ ਆਈ ਤੇ ਉਸ ਉੱਤੇ ਬੈਠ ਗਏ ਭਾਈ ਸਾਹਿਬ ਨੇ ਬੀਬੀ ਤੋਂ ਪੁੱਛਿਆ ਕਿ ਤੂੰ ਉਦਾਸ ਕਿਉਂ ਹੈ ਬੀਬੀ ਫਿਰ ਰੋ ਪਈ 2 ਮਿੰਟ ਚੁੱਪ ਰਹੀ ਪੁਲੀ ਦੇ ਪਿਛਲੇ ਪਾਸੇ ਕਿਸੇ ਜ਼ਿੰਮੇਦਾਰ ਨੇ ਕੰਡੇ ਇਕੱਠੇ ਕੀਤੇ ਹੋਏ ਸਨ। ਬੀਬੀ ਤੋਂ ਪੁੱਛਿਆ ਕਿ ਤੁਸੀਂ ਕੰਡਿਆਂ ਤੋਂ ਪਾਰ ਹੋ ਸਕਦੇ ਹੋ? ਦੱਸੋ ਕਿਸ ਤਰ੍ਹਾਂ ਕਰੋਗੇ? ਬੀਬੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਦੱਸੋ ਕਿਵੇਂ ਕਰਾਂ? ਭਾਈ ਸਾਹਿਬ ਨੇ ਕਿਹਾ ਕਿ ਬੂਟ ਪਾ ਕੇ ਪੈਰ ਟਕ ਲਵੋ। ਇੱਕ ਪੈਰ ਕੰਡਿਆਂ ਵਿੱਚ ਰੱਖੋ ਤੇ ਛਾਲ ਮਾਰ ਕੇ ਪਾਰ ਹੋ ਜਾਓ। ਜੇ ਚप्पल ਪਾ ਕੇ ਪੈਰ ਧਰੋਗੇ ਤਦ ਪੈਰ ਛਿੱਲੇ ਜਾਣਗੇ ਇਸੇ ਤਰ੍ਹਾਂ ਦੁਨੀਆ ਦੇ ਕੰਡੇ ਤੁਸੀਂ ਖਤਮ ਨਹੀਂ ਕਰ ਸਕਦੇ ਕੰਡੇ ਪਿੱਛੇ ਵੀ ਸਨ ਹੁਣ ਵੀ ਹਨ ਅਤੇ ਅੱਗੇ ਵੀ ਹੋਣਗੇ ਜੇ ਤੁਸੀਂ ਦਿਲ ਨੂੰ ਨਾਮ ਦੇ ਨਾਲ ਢੱਕ ਲਵੋ ਤਦ ਕੰਡਾ ਅੰਦਰ ਚੋਬ ਨਹੀਂ ਦੇਵੇਗਾ ਇਹ ਢੰਗ ਹੈ ਦੁਨੀਆ ਦੇ ਕੰਡਿਆਂ ਤੋਂ ਬਚਣ ਦਾ ਹਾਂਜੀ ਫਿਰ ਦੁਹਰਾ ਦਈਏ ਅਸੀਂ ਨੇ ਕਿਹਾ ਜੇ ਕੰਡਿਆਂ ਤੋਂ ਪਾਰ ਹੋਣਾ ਹੈ ਤਾਂ ਬੂਟ ਪਾ ਕੇ ਪੈਰ ਟਕ ਲਾਓ ਇੱਕ ਪੈਰ ਕੰਡਿਆਂ ਵਿੱਚ ਰੱਖੋ ਤੇ ਛਾਲ ਮਾਰ ਕੇ ਪਾਰ ਹੋ ਜਾਓ ਜੇ ਚੱਪਲ ਪਾ ਕੇ ਪੈਰ ਧਰੋਗੇ ਤਦੋਂ ਪੈਰ ਛਿੱਲੇ ਜਾਣਗੇ ਇਸੇ ਤਰ੍ਹਾਂ ਦੁਨੀਆ ਦੇ ਕੰਡੇ ਤੁਸੀਂ ਖਤਮ ਨਹੀਂ ਕਰ ਸਕਦੇ ਕੰਡੇ ਪਿੱਛੇ ਵੀ ਸਨ ਹੁਣ ਵੀ ਹਨ ਅਤੇ ਅੱਗੇ ਵੀ ਹੋਣਗੇ ਜੇ ਤੁਸੀਂ ਦਿਲ ਨੂੰ ਨਾਮ ਦੇ ਨਾਲ ਟਕ ਲਾਵੋ ਤਦ ਕੰਡ ਅੰਦਰ ਚੋਬ ਨਹੀਂ ਦੇਵੇਗਾ ਇਹ ਢੰਗ ਹੈ ਦੁਨੀਆਂ ਦੇ ਕੰਡਿਆਂ ਤੋਂ ਬਚਣ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ